ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਫਾਈਨਲ ਪਾਰਟ ਆਫ ਦ ਸ਼ੋਅ ਤੇ ਮਿੰਟ ਵੀ ਕੁਛ ਹੋਇਆ ਮੇਰੇ ਖਿਆਲ 10-15 ਕੁ ਮਿੰਟ ਹੈਗੇ ਆ ਸ਼ੋਅ ਦੇ ਖਤਮ ਹੋਣ ਤੋਂ ਇਸ ਲਈ ਜਿੰਨੇ ਤੁਹਾਡੇ ਕਾਲਸ ਹੁਣ ਲੈ ਹੁੰਦੇ ਆ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਾਲ ਤੋਂ ਪਹਿਲਾਂ ਲੈਣ ਦੇ ਮੈਂ ਲੈਗੇਸੀ ਸਕੀਮ ਬਾਰੇ ਕਹਿਣ ਲੱਗਾ ਸੀਗਾ ਲੈਗੇਸੀ ਸਕੀਮ ਵਿੱਚ ਇਹ ਇਹਨਾਂ ਨੇ ਜੋ ਹੋਇਆ ਪੈਂਡਿੰਗ ਕੇਸਿਸ ਹਲੇ ਬਹੁਤ ਪਏ ਆ ਬੀਬੀਸੀ ਵਿੱਚ ਨਿਊਜ਼ ਆਈ ਸੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਵੀ ਸੀ ਕਿ 1,24,000 ਕੇਸ ਤੇ ਇਹਨਾਂ ਨੇ ਸਿਰਫ ਆਰਕਾਈਵ ਕਰ ਦਿੱਤਾ ਜੋ ਇਹਨਾਂ ਨੇ ਖੋਲ੍ਹਿਆ ਹੀ ਨਹੀਂ ਦੇਖਿਆ ਹੀ ਨਹੀਂ ਉਹ ਇੱਕ ਕਿਸਮ ਦਾ ਸੰਦੂਕ 'ਚ ਬੰਦ ਕਰਕੇ ਉਹਨਾਂ ਨੇ ਭੁੱਲੇ ਹੀ ਗਏ ਉਹਦੇ ਬਾਰੇ ਉਹ ਹਲੇ ਸਾਰਾ ਅਧੇੜ ਹੋਣਾ ਸਾਰਾ ਦੇਖ ਹੋਣਾ ਆ ਫਿਲਹਾਲ ਇਹਨਾਂ ਨੇ ਅਪ੍ਰੈਲ ਦੀ ਟਾਰਗੇਟ ਦਿੱਤੀ ਉਹ ਆ ਸੋ ਅਪ੍ਰੈਲ ਤੱਕ ਵੇਟ ਕਰਕੇ ਦੇਖਦੇ ਜਿਨ੍ਹਾਂ ਦਾ ਨਹੀਂ ਜਵਾਬ ਆਇਆ ਜਿੱਦਾਂ ਹੈਗੇ ਤੁਸੀਂ ਟਿਕੇ ਰਹੋ ਮੇਰਾ ਵੀਰ ਔਰ ਟਾਈਮ ਲੱਗਣਾ ਉਹਦੇ ਨੂੰ ਬਟ ਤਕਰੀਬਨ ਹੋ ਜਾਣੇ ਚਾਹੀਦੇ ਆ ਸੋ ਸਟਿਕ ਇਨ ਦੇ ਵੇਟ ਹੀ ਇਹਦਾ ਹੱਲ ਆ ਹੋਰ ਕੋਈ ਇਹਦੀ ਚੀਜ਼ ਦਾ ਹੱਲ ਹੈ ਨਹੀਂ ਸੋ ਜਿਨ੍ਹਾਂ ਦੇ ਲੱਗ ਗਏ ਉਹ ਤਾਂ ਠੀਕ ਹੈ ਜਿਨ੍ਹਾਂ ਦੇ ਨਹੀਂ ਉਹ ਵੇਟ ਕਰਨ ਜਿਨ੍ਹਾਂ ਨੇ ਫੋਟੋਆਂ ਘੱਲੀਆਂ ਜਵਾਬ ਨਹੀਂ ਆਇਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਘੱਲੀਆਂ ਜਵਾਬ ਨਹੀਂ ਆਇਆ ਉਹਦੇ ਵਿੱਚ ਤੁਸੀਂ ਵੇਟ ਹੀ ਕਰੋ ਹੱਲੇ ਹੱਲੇ ਤਾਂ 1,24,000 ਫਾਈਲ ਹੈ ਜੋ ਇਹਨਾਂ ਨੇ ਖੋਲ੍ਹੀ ਨਹੀਂ ਦੇਖੀ ਨਹੀਂ ਕਿਸੇ ਨੇ ਉਹਨੂੰ ਹੱਥੇ ਨਹੀਂ ਲਾਇਆ ਲਿਫਾਫੇ ਹੀ ਨਹੀਂ ਖੋਲ੍ਹੇ ਸੋ ਉਹ ਹੱਲੇ ਸਾਰੇ ਅਧੇੜ ਹੋਣੇ ਦੇਖ ਹੋਣੇ ਆ ਉਸ ਤੋਂ ਬਾਅਦ ਜਾ ਕੇ ਕਿਤੇ ਇਹਨਾਂ ਨੇ ਹੌਲੀ ਹੌਲੀ ਲੱਗਣੇ ਆ ਤਾਂ ਅੱਗੇ ਤਾਂ ਟੀਮਾਂ ਸੀਗੀਆਂ ਕਿ 15-20 ਟੀਮਾਂ ਇਹਨਾਂ ਕੋਲ ਸੀਗੀਆਂ ਦੇਖਣ ਲਈ ਹੁਣ ਤਾਂ ਟੀਮ ਇੱਕੋ ਹੀ ਆ ਲਿਵਰਪੂਲ ਜੋ ਬੈਠੀ ਆ ਉਹੀ ਹੌਲੀ ਹੌਲੀ 2-3 ਮਿਲੇ ਵਰਗੇ ਬੰਦੇ ਲੱਗੇ ਹੋ ਬਬਰੂ ਜੇ ਉਹ ਹੌਲੀ ਹੌਲੀ ਬੱਚੇ ਹੁਣ ਚਾਹ ਚੂਹ ਪੀ ਜਾਂਦੇ ਬੱਚੇ ਕ੍ਰਿਸਪ ਕ੍ਰੁਸ ਖਾਈ ਜਾਂਦੇ ਆ ਅਤੇ ਨਾਲ ਨਾਲ ਤੁਹਾਡੀ ਫਾਈਲਾਂ ਦੇਖੋਗੇ ਪਰ ਉਹ ਵੀ ਬੰਦੇ ਹੀ ਆ ਅਖੀਰ 'ਚ ਮਸ਼ੀਨ ਨਹੀਂ ਤਾਂ ਹੌਲੀ ਹੌਲੀ ਉਹ ਵਿਚਾਰੇ ਲੱਗੇ ਹੋ ਆ ਅਤੇ ਆਪਣੇ ਮਸਤ ਜਿਹੇ ਬੰਦੇ ਆ ਮਸਤ ਨਾਲ ਕੰਮ ਕਰਦੇ ਮਸਤੀ ਨਾਲ ਸੋ ਆਪਣੇ ਮੌਜਾਂ ਜਿਹਾ ਨਾਲ ਕਰਦੇ ਨਾਲੇ ਕ੍ਰਿਸਮਸ ਵੀ ਆ ਗਿਆ ਫਿਰ ਉਹਨਾਂ ਨੇ ਆਪਣੇ ਬੱਚਿਆਂ ਨਾਲ ਵੀ ਛੁੱਟੀਆਂ ਮਨਾਉਣੀਆਂ ਸਰ ਇਹਨਾਂ 'ਤੇ ਕੋਈ ਜ਼ੋਰ ਨਹੀਂ ਚੱਲਦਾ ਜੇ ਬੰਦਾ ਕਹੋਗੇ ਜੀ ਮੈਂ ਜ਼ੋਰ ਪਾਉਣਾ ਇਹਨਾਂ 'ਤੇ ਜੇ ਕੀ ਕਰਾਉਣਾ ਤਾਂ ਆਪਣੇ ਮਸ ਸਟਾਈਲ ਨਾਲ ਇਹਨਾਂ 'ਤੇ ਚੱਲਣਾ ਚਲੋ ਹੁਣ ਜਾਂਦੇ ਕੋਲਰਾਲ ਤਾਂ ਦੇਖ ਰਹੇ ਕੌਣ ਆ